ਕੁਛ ਨਹੀਂ ਹੁੰਦਾ ਤਸਵੀਰਾਂ ਤਾਂ ਤੁਸੀਂ ਦੇਖ ਹੀ ਲਈਆਂ ਕਿ ਕਿਵੇਂ ਇੱਕ ਕੁੜੀ ਵਿੱਚ ਸੜਕ ਦੇ ਰੌਲਾ ਪਾ ਰਹੀ ਹੈ, ਤਮਾਸ਼ਾ ਖੜਾ ਕਰ ਰਹੀ ਹੈ। ਦਰਅਸਲ ਪੁਲਿਸ ਇਸ ਦੇ ਭਰਾ ਨੂੰ ਦੁਕਾਨ ਤੋਂ ਗ੍ਰਿਫਤਾਰ ਕਰਨ ਆਉਂਦੀ ਹੈ, ਕਿਸੇ ਮਾਮਲੇ ਨੂੰ ਲੈ ਕੇ ਜਾਂਚ ਚੱਲ ਰਹੀ ਸੀ, ਤਾਂ ਕਰਕੇ ਜਲੰਧਰ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ। ਤਾਂ ਇਹ ਕੁੜੀ ਰੌਲਾ ਪਾਉਣ ਲੱਗ ਗਈ, ਪੁਲਿਸ ਦੇ ਕੰਮ ਦੇ ਵਿੱਚ ਅੜਚਣਾ ਪਾਉਣ ਲੱਗ ਗਈ। ਦੇਖ ਹੀ ਸਕਦੇ ਹੋ ਕਿ ਕਿਵੇਂ ਸੜਕ 'ਤੇ ਲਿਟ ਗਈ, ਸਕੂਟਰੀ 'ਤੇ, ਜਿਹੜੀ ਸਕੂਟੀ 'ਤੇ ਬਿਠਾ ਕੇ ਇਸ ਦੇ ਭਰਾ ਨੂੰ ਲੈ ਕੇ ਜਾਇਆ ਜਾਣਾ ਸੀ, ਉਸ ਸਕੂਟੀ ਨੂੰ ਫੜ ਲਿਆ। ਥੋੜ੍ਹੀ ਦੂਰ ਤੱਕ ਇਹ ਘਿਸੜਦੀ ਵੀ ਗਈ। ਤਾਂ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ, ਕਪੂਰਥਲਾ ਅੰਮ੍ਰਿਤਸਰ ਰੋਡ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਦੇਰ ਸ਼ਾਮ ਹੰਗਾਮਾ ਦੇਖਣ ਨੂੰ ਮਿਲਿਆ। ਇਹ ਜਲੰਧਰ ਪੁਲਿਸ ਇੱਕ ਦੁਕਾਨਦਾਰ ਨੂੰ ਗ੍ਰਿਫਤਾਰ ਕਰਨ ਆਈ ਸੀ, ਜਿਸ ਤੋਂ ਬਾਅਦ ਦੁਕਾਨਦਾਰ ਦੀ ਭੈਣ ਪੁਲਿਸ ਦੇ ਨਾਲ ਬਹਿਸਣ ਲੱਗ ਪਈ। ਉਸਨੇ ਪੁਲਿਸ ਵਾਲੀ ਨਾਲ ਧੱਕਾ ਮੁੱਕੀ ਵੀ ਕੀਤੀ। ਦੇਖ ਹੀ ਸਕਦੇ ਹੋ ਤਸਵੀਰਾਂ। ਇਸ ਉੱਪਰ ਤੁਹਾਡਾ ਕੀ ਕਹਿਣਾ ਹੈ? ਕਿਉਂਕਿ ਪੁਲਿਸ ਆਪਣਾ ਕੰਮ ਕਰ ਰਹੀ ਸੀ ਅਤੇ ਇਹ ਪੁਲਿਸ ਦੀ ਕਾਰਵਾਈ ਦੇ ਵਿੱਚ ਵਿਘਨ ਪਾ ਰਹੀ ਸੀ। ਤਾਂ ਦੇਖੋ ਪੂਰਾ ਹੰਗਾਮਾ ਜੋ ਕਪੂਰਥਲਾ ਅੰਮ੍ਰਿਤਸਰ ਰੋਡ ਤੋਂ ਸਾਹਮਣੇ ਆ ਰਿਹਾ। ਕੁਛ ਨਹੀਂ ਹੁੰਦਾ ਗੱਲ ਕੀ ਹੋਈ ਗੱਲ ਕੀ ਹੋਈ
ਗੱਲ ਕੀ ਹੋਈ।